ਅਗੋਂ ਸਾਡੀ ਬੈਕ ਸਾਈਡ ਦੇ ਉੱਤੇ ਇੱਕ ਦਰਬਾਰ ਨਜ਼ਰ ਆਉਂਦਾ ਪਿਆ ਸੀ। ਦਰਬਾਰ ਦੇ ਬਾਰੇ ਮਸ਼ਹੂਰ ਹੈ ਕਿ ਹਰ ਜੁਮੇ ਵਾਲੇ ਦਿਨ ਦੂ ਜੰਗਲ ਚੋਂ ਸ਼ੇਰ ਆਉਂਦੇ ਨੇ ਉਹ ਜ਼ਿਆਰਤ ਕਰਕੇ ਵੱਲ ਵਾਪਸ ਵਲੇ ਹੋਏ ਨੇ। ਹੈਲੋ ਬਾਈ ਜਾਨ, ਲੇਕਿਨ ਪੋਪੋ ਖਮੋਸ਼ ਥਿਆ ਖੜੇ, ਪਤਾ ਨਹੀਂ ਕੋ ਕਹਿੰਦੀ ਯਾਦ ਆਈ ਖੜੀ। ਮੈਂ ਕੋਈ ਪਾਕਿਸਤਾਨ ਦੀ ਯਾਦ ਆਈ ਸੱਤ ਵਜੇ ਤੇ ਚਾਰ ਮਿੰਟ ਥੀਂਦੇ ਪੈਣ ਅਸੌਣੀ ਤੋਂ ਇਸਲਾਮਾਬਾਦ ਚੋਂ ਰਵਾਨਾ ਥੀਂਦੇ ਪਏ। ਕਾਰ ਵੀ ਯਾਦ ਹੈ ਪੈਣ ਸੀ, ਸਾਢੇ ਤਰੇ ਘੰਟੇ ਲੱਗ ਸਨ ਮਰੀ ਪਹੁੰਚਦੇ। ਮਰੀ ਕਾ ਸਬਸੇ ਪਿਆਰਾ ਘੁੰਮਣੇ ਵਾਲਾ ਮਕਾਮ ਹੈ ਵੋ ਕੌਨ ਸਾ ਹੈ? ਸਬਸੇ ਪਿਆਰੀ ਜਗ੍ਹਾ ਇਸਮੇ ਯਹੀ ਹੈ, ਯੂਬੀਆ ਛਾਂਗਲਾ ਗਲੀ ਬੰਦਰ ਪੁਆਇੰਟ ਸਾਵਨ ਗੁੱਚਾ। ਇਹ ਅਗਰ ਦਿਖਾਣੇ ਵਾਲਾ ਬੰਦਾ ਹੋ ਤੋ ਨਾਰਾਨ ਕਾਗਾਨ ਕੀ ਤਰ੍ਹਾਂ ਹੈ। ਇਸਮੇ ਬਹੁਤ ਸਾਰੀ ਜਗ੍ਹਾ, ਦਰਿਆਏ ਨੀਲਮ ਹੈ, ਕਸ਼ਮੀਰ ਆਬਸ਼ਾਰ ਹੈ, ਸਾਦੀ ਆਬਸ਼ਾਰ ਹੈ, ਉਸਕੇ ਬਾਅਦ ਨਿਊ ਮਰੀ ਬਦਲਿਆਟਾ ਹੈ, ਜਹਾਂ ਏਸ਼ੀਆ ਕੀ ਸਭਸੇ ਬੜੀ ਚੇਅਰ ਲਿਫਟ ਹੈ ਦੂਸਰੇ ਨੰਬਰ ਪੇ। ਸੋ ਮਰੀ ਮੈਂ ਆਪ ਜਿਤਨੇ ਦਿਨ ਵੀ ਰਹੇ ਨਾ, ਘੁੰਮਣੇ ਕੀ ਜਗ੍ਹਾ ਨਹੀਂ ਹੋਤੀ ਹੈ। ਕਸ਼ਮੀਰ ਪੁਆਇੰਟ ਹੈ, ਪਿੰਡੀ ਪੁਆਇੰਟ ਹੈ, ਮਾਲ ਰੋਡ ਹੈ, ਇਹ ਸਾਰੀ ਜਗ੍ਹਾ ਪੀ ਸੀ ਗੁਰਬਨ ਹੈ, ਇਹ ਸਾਰੇ ਇਲਾਕੇ ਘੁੰਮਣੇ ਵਾਲੇ। ਉਚਾਈ ਕਾਫੀ ਜ਼ਿਆਦਾ ਚੜ੍ਹਾ ਹੈ ਤਾਂ ਹੁਣ ਚੱਕਰ ਆਉਣ ਪੈ ਗਏ, ਹੁਣ ਕਾਰ ਕੋ ਰੋਕੇ ਸੇ ਥੋੜ੍ਹਾ ਜਿਹਾ ਬਾਹਰੋਂ ਹਵਾ ਲਵਾਉਣ ਕਿਤੇ, ਤਬੀਅਤ ਖਰਾਬ ਥੀਂਦੀ ਪਈ। ਪੋਪੋ ਤਾਂ ਜੋ ਤਲੇ ਬਹਿ ਗਏ, ਉਹਦੀ ਤਬੀਅਤ ਜਮ ਖਰਾਬ ਥੀ ਗਈ। ਚੱਕਰ ਆਉਂਦੇ ਪੈਣ, ਚੱਕਰ ਆਉਂਦੇ ਪੈਣ, ਚੱਕਰ ਹੁਣ ਤੂੰ ਹੀ ਦੱਸਾ, ਇਹ ਈ ਆਉਂਦੇ ਪੈਣ ਜਾਂ ਈ ਆਉਂਦੇ ਪੈਣ? ਸ਼ਾਦੀ ਸ਼ੁਦਾ ਬੰਦੇ ਕੋ ਨਹੀਂ ਆਉਂਦੇ ਨਾ, ਇਹ ਕੁਆਰਾ ਬਾਲ ਹੈ ਤਾਂ ਹੂੰ ਆਉਂਦੇ ਪੈਣ। ਆਓ ਬਾਈ ਜਾਨ, ਬਹੁ ਜੀ ਆ ਜੀ ਆ ਜੁਲੋ, ਠੀਕ ਹੈ? ਬਹੁ ਬਹੁ ਠੀਕ ਹੈ ਬੇਟੀ, ਠੀਕ ਚੱਕਰ ਆ ਨੇ। ਟਾਈਮ ਥੀ ਨਾ ਪਏ 9:12, 9:12 ਥੀ ਗਏ ਨੇ, ਅਸਾਂ ਹੁਣ ਪਹੁੰਚ ਗਏ ਹਾਂ ਆਪਣੀ ਮੰਜ਼ਿਲ ਦੇ ਉੱਤੇ। ਸਰਦੀ ਕਾਫੀ ਜ਼ਿਆਦਾ ਲੱਗਦੀ ਪਈ ਹੈ, ਕੋਈ ਜੈਕਟ ਵਗੈਰਾ ਪਾ ਗਏ ਨੂੰ? ਫਿਲਹਾਲ ਮੈਂ ਬਾਸਕਟ ਪਾ ਕੇ ਦੀ ਹੈ, ਕੁਝ ਗੁਜ਼ਾਰਾ ਕਰੇ ਸੀ, ਲੇਕਿਨ ਸਰਦੀ ਬਹੁਤ ਜ਼ਿਆਦਾ ਹੈ। ਸੁਣਾ ਪੋਪੋ, ਸਰਦੀ ਹੈ, ਸਰਦੀ ਹੈ, ਬਾਰਿਸ਼ ਹੈ, ਸਰਦੀ ਹੈ, ਬਾਰਿਸ਼ ਥੀ ਨਹੀਂ ਪਈ ਹੈ, ਸਰਦੀ ਵੀ ਜ਼ੋਰ ਦੀ ਹੈ। ਬਾਰਿਸ਼ ਜਿਉਂ ਜਿਉਂ ਤੇਜ਼ ਥੀਂਦੀ ਪੈਂਦੀ ਹੈ। ਬਾਈ ਜਾਨ, ਇੱਥਾਂ ਕੇ ਵੱਡੇ ਜ਼ੋਰ ਦੀ ਸਰਦੀ ਵੇ, ਬਾਰਿਸ਼ ਥੀਂਦੀ ਖੜੀ ਹੈ, ਸਾਕੋ ਅੰਦਾਜ਼ਾ ਕਾਨਾ ਕਿ ਇਤਨਾ ਸਰਦੀ ਹੋ ਸੀ। ਅਸਾਂ ਗਰਮ ਮਿਲਾ ਕੇ ਚੁਆਏ, ਅਸਾਂ ਤਾਂ ਆ ਕੇ ਇੱਥਾਂ ਕਰ ਗਰਮੀਆਂ ਨੂੰ ਕਰ ਕੁਝ ਮੌਸਮ ਚੰਗਾ ਹੋ ਸੀ, ਲੇਕਿਨ ਇੱਥਾਂ ਕੇ ਫੁੱਲ ਸਰਦੀ ਹੈ। ਪੋਪੋ ਕੁੜੇ ਗੋਟੂਨ ਵੀ ਰਿਹਾ ਬੈਠੇ, ਭਾ ਬਾਲ ਦੇ ਬਾਲੰਦਰ ਬੋਲੇ ਨੇ। ਕਿਆ ਬਣੇ? ਪਹੁੰਚ ਗਏ ਹੈ ਜਿੱਥਾਂ ਕਿ ਸਾਡੀ ਰਿਹਾਇਸ਼ ਹੈ, ਤਾਂ ਕੋ ਅੰਦਰ ਦਾ ਵਿਜ਼ਿਟ ਕਰਵੇ ਨਾ। ਬਾਹਰੋਂ ਤਾਂ ਬਾਰਿਸ਼ ਥੀ ਨਹੀਂ ਪਈ, ਫੁੱਲ ਸਰਦੀ ਲੱਗੀ ਖੜੀ, ਸਰਦੀ ਵਾਲਾ ਮਾਹੌਲ ਹੈ। ਇੰਟਰ ਥੀਂਦੇ ਪਏ ਅਸੀਂ ਰੂਮ ਵਿੱਚ, ਇਹੀ ਵੇ ਰੂਮ, ਟੀਵੀ ਵੀ ਹੈ ਪਈ, ਵੀ ਸਿਆਰ ਹੀ ਲਾਤੇ, ਦੂਏ ਕੌਣ ਸੁੱਤਾ ਪਏ ਪਤਾ ਨਹੀਂ। ਹੈਲੋ ਬਾਈ ਜਾਨ, ਕਿਆ ਆਵਣ ਆਵਣ ਦੇ ਨਾਲ ਕੰਬਲ ਚ ਵੜ ਗਏ, ਸਰਦੀ ਫੁੱਲ ਹੈ, ਅੰਧਾਰਾ ਅੰਧਾਰਾ ਲੱਗਦਾ ਪਏ, ਡੇ ਦੇ ਲੈਟ ਹੈ ਯਾ ਨਾ। ਬਈ ਚੀਜ਼ ਇੱਕ ਨੋਟ ਕੀਤੀ ਵੇ, ਪੱਖਾ ਸ਼ੱਖਾ ਕਸ਼ਾ ਕੇ ਨਹੀਂ ਲੱਗ ਰਿਹਾ, ਪੱਖੇ ਦੀ ਜ਼ਰੂਰਤ ਹੀ ਨਹੀਂ ਹੁੰਦੀ, ਪੂਰਾ ਸਾਲ ਕਹਿਣ ਦੀ ਜ਼ਰੂਰਤ ਹੈ। ਦਰਾਸਤ ਮੰਗਵਾਈ ਗੁੱਡ, ਇਹ ਸਾਹਮਣੇ ਹੈ ਜਨਾਬ ਉਹ ਜਗ੍ਹਾ ਜਿੱਥੇ ਕਿ ਅਸਾਂ ਰਿਹਾਇਸ਼ ਰੱਖੀ ਪਏ ਹਾਂ।
बारिश थी वन तो बाद हुन मौसम बेहतरीन बनया खड़ा ही। मैं के बाहर हुंदा कुछ नज़ारा आप ही करा ते दोस्तों को भी दिखावा। तो बाहर हूँ जेड़े वेले मैं आया मेरे को एक बड़ी चीज नजर आई है, तुहाडे वास्ते भी नवी हो सकती है, मेरे वास्ते तो बिल्कुल नवी चीज है। ये सामने देखे पे मेरे को बेसिकली आइडिया कहनी है क्या चीज है, तो अगर तुक पता हो तो कमेंट सेक्शन में जरूर दसो क्या है। गला मेरा थोड़ा खराब थिया खड़े क्योंकि कल फैसल मुवर दे आए हैं। फैसल मुहे चाहे हैं तो उठा केर उन्हें कोल्ड ड्रिंक दी है जड़ी पीवन फुल ठंडी आई, उन्हें पीवन के बाद गला बिल्कुल खराब थी गए। इतु रूम करें बार हूँ ये मंजर नजर आना पे। नाश्ता आ गया सारा, ऑमलेट ते नाल ब्रेड। सर्दी लगी मजा नहीं, तस्वीरें तस्वीरें भेज ना ते भाई मैं ते हेज मॉल पे गया। फिर भी मजा आना पे, बहुत मजा आना पे भाई यार। पपो माशाल्लाह बहुत मजा आना। एक हाँ शुरुआत नाश्ता करने तो बाद थके वधे हासे काफी ज्यादा तो सोम गया से हूँ उठे हैं फ्रेश थे हूँ खाने का टाइम थी ना पे डुल दे हैं खाना खाने बिलो भूख लगी कड़ी बहुत ज्यादा। उठा के रूम है सारा और खाना खाने वास्ते वेंदे पे हैं ई जा दे उठे लगा खड़ी था स्टेट लाइफ रेस्ट हाउस खानेसपुर अयूबिया। माशाल्लाह जी माशाल्लाह खुशबू बड़ी प्यारी प्यारी खुशबू आनी पी। भूख लगी हुई थी कैमरे से खुशबू आनी पी। कैमरे में ना मैं तो आनी पी है कैमरे से कि तू आनी पी कैमरे से नजर दा पियो सी मोर बाद में बीफ का नहीं खाना ही ना वो डॉक्टर रोके ना ना डॉक्टर डॉक्टर रोके नहीं मोड़ कर सुरे चले जी को करेंगे आ जाए आप भी आ रहे हम भी आ रहे हम भी अच्छा जी तुसी चढ़ाई औखी है ना ना चढ़ाई औखी पकड़ी प्रंट प्रंट चढ़ाई औखी है भाई जान चेक के सही जोर मेरा लगता पे तू मैं खाली हाथ पकड़ी नहीं दे अपने जोर ना टूरो जोर सही दिया आगे अच्छा भाई जान खाना खा के जैसे माशाल्लाह खाना बड़ा टेस्टी बना पिया आई ते खाना खावन तो बाद ए बंदा दे मैं बोतल पीने होने हैं हूँ वेंदे पे हैं बोतल पीवन खाने स्पोर चौक ते। अस्सलामुअलैकुम एक सौ बीस रुपए दी सी डेढ़ लीटर कोक काफी पुरानो हो गया गेंद की दमिया दिखा पहली बोतल गेंद की दिसे हुन अपने होस्टल आ को का होटल आ दे अपने हुन होटल वापस वेने पे बोतल गेंद ते साये देख। अस्सलाम वालेकुम या अहले कबूर वाको सारी बैक साइड दे उते एक दरबार नजर आंदा पियो सी दरबार दे बारे मशहूर है कि हर जुमे वाले दिन दू जंगल चो शेर आने और ज़ियारत कर के वल वापस वले वेने काफी लोग इथा के डिठे ये चीज मशहूर है। ये जनाब दरबार मरी दा खूबसूरत माहौल ते नाल कोक दी बोतल ठंडे ठंडे मौसम में ठंडी ठंडी कोक
मैंने पहले बोला था ना, सबसे पहले किस पॉइंट पे जाएंगे सर? आप सबसे पहले जाएंगे जी यहाँ पे बुट्टू पॉइंट जी, इधर बड़ा व्यू अच्छा माशाल्लाह से। सही। फिर हम जाएंगे वहाँ से ग्राउंड स्टेडियम, फानीपुर का बहुत बड़ा स्टेडियम है, पूरे इलाके का बहुत बड़ा टूर्नामेंट वगैरह होते हैं। अच्छा। नीचे अबशार है वहाँ पे जाएंगे इंशाल्लाह। सही। तो यहाँ पे तो ये जगह है, फिर हम कल जाएंगे अयोध्या में ऊपर, फिर नच्छे गली का इंशाल्लाह प्रोग्राम करेंगे। चेयर लिफ्ट कहाँ पे है? अयोध्या में। चैनल का लिंक दे देते हैं। हाँ, वो मैं सब्सक्राइब कर दूंगा, आगे व्हाट्सएप ग्रुप में भेज दूंगा, लाइक शेयर। गोदाई दे देखो पोपो, ये तो तैयारी करे ना या करे था या सारे गले नंबर घेने में दे। कयामत लग रहा है। कोई टीका शीका ला आला बंदा तेरे पास? कयामत है। कोई टीका तो ला, वो काला टीका लेने पे मत दे, टेंशन नहीं है। तो आखिरी है तेरे बाद अंधारा है। बड़ी टेस्ट है। फाइनली रेडी थी गए हैं घूमन फिरन वास्ते, हुण सेल्फी वाला सेशन थी ना पे, सी फोटोग्राफी थी नहीं पे, हर कोई अपने तस्वीर छिकाने लगा पे, लेकिन पोपो खामोश थी खड़े, पता नहीं को कहंदी याद आई खड़ी। मैं कोई पाकिस्तान दी याद आई अरे कौन की था कने मरी आया खड़े को पाकिस्तान दी याद आई वदी तो नहीं पता। हां मैं भी देख गए सोच गए, वजन ज्यादा ही तो रस्सा त्रोटना पवे। एक बंदा मोटा है माँ, एक बंदा वजन ही। हाँ वजन ही मोटी ना मान जो कोई पता गया नहीं, जंजीर होले होले खड़क दे आनंद। चलो देखिए।